ลูกแกเนี่ยสนามได้ดีเลยยังตีฟันมันน้ำปูไม่มาเรื่อยไอ้ยาร์โอเวอร์โฮยันดาเด็กกับเราเองได้น่าดีกว่าวิดีโอจะกัดดิ้งกูดิ้งยังดีกว่าโอ้ยที่คิดได้ยังไงรีดได้กัดดิ้งได้เวชจ้าซาดาเป็นที่สเลมปอร์นะจิตเทียป้าเฮียเอรีสเลมปอร์นี่ตอนกันลักอัตเทอร์จะได้คอมเมนต์ได้อะไรกันਪਿਛਲੀ ਵਾਰੀ ਨਾ ਦਾੜੀ ਵਾਲੀ ਮਸ਼ੀਨ ਅਤੇ ਹੇਅਰ ਵਾਲਾ ਉਹ ਹੇਅਰ ਡਰਾਇਰ ਉਹ ਲੈ ਗਏ। ਗੁੱਡ ਮੋਰਨਿੰਗ ਜੀ ਸਾਰਿਆਂ ਨੂੰ। ਅੱਜ ਮੋਟਰ 'ਤੇ ਚੱਲੇ ਹਾਂ, ਮੌਸਮ ਠੰਡਾ ਆ, ਰਾਤੀ ਮੀਂਹ ਬਹੁਤ ਪਿਆ, ਤਾਂ ਕਰਕੇ ਸਾਰੇ ਜਾਣੇ ਚੱਲੇ ਆ। ਇੱਕ ਦਿੱਲੀ ਪ੍ਰੋਗਰਾਮ ਆ, ਅੱਜ ਸ਼ਾਇਦ ਉੱਥੇ ਵੀ ਹੀ ਜਾਣਾ ਆ। ਇੱਕ ਭਰਾ ਨੇ, ਮੈਂ ਪਿਛਲੀ ਵੀਡੀਓ ਮੋਟਰ 'ਤੇ ਗਿਆ ਸੀਗਾ ਆਪਣੀ ਮੋਟਰ 'ਤੇ, ਤੁਹਾਨੂੰ ਪਤਾ ਪਿੱਛੇ ਲਿਖਿਆ ਹੋਇਆ ਨਾ ਕੰਧ ਦੇ ਉੱਤੇ ਮੈਂ ਵੀ ਮੋਟਰ ਦਾ ਰੌਲਾ ਚੱਲਦਾ, ਖਰੀਦਣ ਵਾਲਾ ਜ਼ਿੰਮੇਵਾਰ ਹੋਊਗਾ। ਉਹ ਕਿਸੇ ਨੇ ਉੱਤੇ ਕਮੈਂਟ ਕੀਤਾ ਵੀ ਇਹਨਾਂ ਦਾ ਬੈਂਕ ਦਾ ਲੋਨ ਹੋਣਾ ਆ, ਵੀ ਪਤਾ ਨਹੀਂ ਕੀ ਸਮਝ ਕੇ ਸੋਚ ਕੇ ਇਹਨੇ ਕਰਤਾ ਥੱਲੇ ਭੈਣ ਨੇ, ਵਾਹਵਾ ਜਵਾਬ ਦਿੱਤਾ ਉਹਨੂੰ ਠੋਕ ਕੇ। ਇਹ ਇੱਦਾਂ ਦੇ ਲੋਕਾਂ ਨੂੰ ਇੱਦਾਂ ਦੇ ਜਵਾਬ ਹੀ ਚਾਹੀਦੇ ਆ। ਮੈਂ ਵੀ ਦੇ ਸਕਦਾ ਹਾਂ ਪਰ ਮੈਂ ਕਹਿੰਦਾ ਨਾ ਫਾਇਦਾ ਕੀ ਹੈ, ਕੌਣ ਹੈਗੇ ਆ, ਤਾਂ ਮੈਂ ਕਰਕੇ ਨਹੀਂ ਦਿੰਦਾ ਹੁੰਦਾ। ਪਰ ਭੈਣ ਨੇ ਸਵਾਦ ਲਿਆਤਾ ਬਈ, ਸੁਖਪ੍ਰੀਤ ਕੌਰ ਚੱਲ ਫਿਰ ਬੂਹਾ ਕੋਲ। ਇਹਨੂੰ ਮੈਂ ਕਹੀ ਜਾਂਦਾ ਸੀ, ਮੈਂ ਕਿਹਾ ਆਪਾਂ ਮੋਟਰ 'ਤੇ ਹੀ ਚੱਲੇ ਹਾਂ, ਇੱਦਾਂ ਹੀ ਆ ਜਾ। ਨਹੀਂ ਨਹੀਂ, ਮੈਂ ਕਹਿੰਦਾ ਪਰਨਾ ਬੰਨ ਕੇ ਜਾਣਾ, ਇੱਦਾਂ ਨਹੀਂ ਮੈਂ ਜਾਣਾ। ਮੈਂ ਕਿਹਾ ਤੈਨੂੰ ਮੈਂ ਉੱਥੇ ਕੱਦੂ ਚੀਜ਼ ਲਪੇਟਣਾ। ਮੈਂ ਪਿਛਲੇ ਸ਼ੀਸ਼ੇ 'ਚ ਦੇਖਿਆ, ਮੈਂ ਸ਼ੀਸ਼ੇ ਦੇਖ ਕੇ ਗੱਡੀ ਚਲਾਉਂਦਾ ਹੁੰਦਾ, ਪਿੱਛੇ ਕੰਬਲਾਂ ਨਾਲ ਭਰੀ ਪਈ ਆ, ਬੀਬੀਆਂ ਨੇ ਪਿੱਛੇ ਕੰਬਲ ਰੱਖ ਤੇ ਡਰਾਈ ਕਲੀਨ ਕਰਾਉਣ ਲਈ। ਆ ਜਾ, ਉਹ ਪਰ ਬੂਹਾ ਵੀ ਬੰਦ ਕਰਨਾ ਤੂੰ, ਤੇਰੀ ਡਿਊਟੀ ਬੂਹਾ ਬੰਦ ਕਰਨ ਦੀ, ਠੀਕ ਆ ਨਾ। ਆ ਕੀ ਆਖਦਾ, ਅਰੇ ਇੱਧਰ ਇੱਧਰ ਤਾਂ ਦੇਖ, ਆ ਕੀ ਆ। ਸ਼ੀਸ਼ੇ ਮੈਂ ਸਾਰੇ ਖੁੱਲ੍ਹੇ ਰੱਖਦਾ ਹੁੰਦਾ, ਕਈਆਂ ਨੇ ਸ਼ੀਸ਼ੇ ਬੰਦ ਕੀਤੇ ਹੁੰਦੇ, ਹੁਣ ਸਮਝ ਨਹੀਂ ਲੱਗਦੀ ਉਹਨਾਂ ਨੂੰ ਲਾਇਸੈਂਸ ਕੌਣ ਦੇ ਦਿੰਦਾ। ਅਤੇ ਆਪਣੇ ਰੂਲ ਯਾਰ, ਜਿਨ੍ਹਾਂ ਨੇ ਰਾਈਟ ਸਾਈਡ ਗੱਡੀ ਚਲਾਉਣੀ ਆ ਨਾ, ਉਹ ਤੇਜ਼ ਵਾਲਾ ਟਰੈਕ ਆ ਸਭ ਤੋਂ, ਜਿਹੜੇ ਹੌਲੀ ਗੱਡੀ ਚਲਾਉਂਦੇ ਉੱਥੇ ਚਲਾਉਂਦੇ ਹੁੰਦੇ ਆ। ਸਰਕਾਰ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ, ਉੱਦਾਂ ਹੀ ਲਾਇਸੈਂਸ ਵੰਡੀ ਜਾਂਦੇ, ਪੈਸੇ ਦਿਓ ਲਾਇਸੈਂਸ ਲਓ, ਇਹ ਸੱਚ ਆ। ਭਾਵੇਂ ਤੁਸੀਂ ਫੇਲ ਵੀ ਹੋ ਗਏ ਨਾ ਟੈਸਟ, ਬਹੁਤ ਪੈਸੇ ਦਿਓ ਤੁਹਾਨੂੰ ਲਾਇਸੈਂਸ ਤੁਹਾਡੇ ਘਰੇ, ਤਾਂ ਹੀ ਤਾਂ ਐਕਸੀਡੈਂਟ ਹੋਈ ਜਾਂਦੇ। ਮੇਰੇ ਹਿਸਾਬ ਨਾਲ 70% ਲੋਕਾਂ ਨੂੰ ਨਹੀਂ ਪਤਾ ਕਿਹੜੇ ਟਰੈਕ 'ਚ ਗੱਡੀ ਚਲਾਉਣੀ ਆ, ਇੰਡੀਆ ਦੇ ਉਹਦੇ ਰੂਲ ਕੀ ਆ। ਹੁਣ ਗੱਲ ਕਰਦੇ ਹੋ, ਜਿਹੜਾ ਕਮੈਂਟ ਆਇਆ ਸੀਗਾ, ਜਿਹੜਾ ਕਹਿੰਦਾ ਸੀਗਾ ਭਾਊ ਵੀ ਘਰੇ ਲੋਨ ਵਾਲੇ ਗੇੜੇ ਮਾਰਦੇ ਆ। ਲੋਨ ਵਾਲਿਆਂ ਨੇ ਤਾਂ ਕੀ ਗੇੜੇ ਮਾਰਨੇ, ਅਸੀਂ ਕਈਆਂ ਕੋਲ ਪੈਸੇ ਲਾਉਣੇ ਆ, ਜਿੰਨਾ ਕੋਲ ਕਿਸੇ ਕੋਲ 50,000 ਲੈਣਾ, ਛੋਟੇ ਛੋਟੀ ਅਮਾਊਂਟ ਕਈਆਂ ਕੋਲ ਮੈਂ ਲੈਣੀ, ਮੈਂ ਮੰਗਦਾ ਹੀ ਨਹੀਂ। ਅਤੇ ਭਾਊ ਪਤਾ ਨਹੀਂ ਕੀ ਸੋਚ ਸਮਝ ਕੇ ਕਮੈਂਟ ਕਰੀ ਜਾਂਦਾ ਸੀਗਾ ਵੀ ਆ ਜਾ ਆ ਜਾ। ਢੁੰਡੀ ਹਣੀ ਆ ਗਏ ਆ, ਢੁੰਡੀ ਹਣੀ ਮੈਚ ਵੇਖਣ ਦੇ ਆ। ਮੈਂ ਲੱਗਾ ਵਾ ਤਿਆਰ, ਹੁਣ ਤਿਆਰ ਹੋ ਗਿਆ, ਆਪਾਂ ਜਾਣਾ ਆ ਮੇਲੇ ਤੇ। ਮੇਲਾ ਮੇਲਿਆਂ ਦਾ ਤੇ ਯਾਰਾ ਬੇਲੀਆਂ ਦਾ। ਆ ਲੈ ਚਾਬੀ ਤੇ ਲੈ ਲਾ, ਅੱਗੇ ਅਸੀਂ ਮੋਟਰ ਤੇ, ਹੁਣੇ ਮੋਟਰ ਤੋਂ ਹੀ ਆਏ ਆ। ਪਾਇਆ ਸੀ ਅੱਜ ਇਹਦਾ 4x4। ਆਹ ਦੇਖਦੇ ਆ ਮੈਂ ਵੀਡੀਓ।
ਫਿਰ ਲਿਬੜ ਗਈ ਭਿੰਦੀ ਚੱਲਿਆ ਨਾਲ ਮੇਲਾ ਆ ਇੱਥੇ ਉਹ ਭਰਾਵਾਂ ਨੇ ਇਨਵਾਈਟ ਕੀਤਾ ਆਪਾਂ ਨੂੰ ਤੁਹਾਨੂੰ ਦੱਸਿਆ ਸੀ ਨਾ ਮੇਲੇ ਸ਼ੁਰੂ ਹੋ ਗਏ ਆ ਤਾਂ ਕਰਕੇ ਉੱਧਰ ਚੱਲੇ ਸੀਗੇ ਮੈਂ ਫਿਰ ਅੱਜ ਸ਼ਾਮ ਨੂੰ ਆ ਕੇ ਦਿੱਲੀ ਚੱਲ ਜਾਣਾ ਆ ਜਾਣੇ ਦੇ ਹਵਾ ਆਉਣੇ ਦੇ ਇੱਕ ਭਰਾ ਕਹਿੰਦਾ ਇਹਨਾਂ ਦੀਆਂ ਵੀਡੀਓ 'ਚ ਗੱਡੀਆਂ ਗੁੱਡੀਆਂ ਹੀ ਹੁੰਦੀਆਂ ਹੋਰ ਅਸੀਂ ਕੀ ਦਿਖਾਈਏ ਅਸੀਂ ਰਹੀ ਦੇ ਗੱਡੀਆਂ ਦੇ ਵਿੱਚ ਆ ਸਾਨੂੰ ਗੱਡੀਆਂ ਹੀ ਵਧੀਆ ਲੱਗਦੀਆਂ ਆ ਤਾਂ ਗੱਡੀਆਂ ਹੀ ਦਿਖਾਉਣੀਆਂ ਅਸੀਂ ਹੁਣ ਵੀ ਗੱਡੀ 'ਤੇ ਚੱਲੇ ਹਾਂ ਤਾਂ ਗੱਡੀ ਦਿਖਾਵਾਂਗੇ ਹੁਣ ਉੱਥੇ ਜਾ ਕੇ ਮੇਲਾ ਆ ਮੇਲਾ ਦਿਖਾ ਦਾਂਗੇ ਤੁਹਾਨੂੰ ਓਕੇ ਰਿਪੋਰਟ ਇਹਨੂੰ ਨੀਵੀਂ ਕਰ ਲਾ ਪੈਂਦੀ ਉੱਚੀ ਬਹੁਤ ਚੱਕੀ ਹੋਈ ਆ ਓਏ ਹਾਂ 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 ਉਹ ਬੂਹਾ ਬੰਦ ਕਰ ਦੀ ਮਿਲ ਲਿਆ ਮੁੰਡੇ ਨੂੰ ਕਿ ਨਹੀਂ ਮਿਲਿਆ ਹਾਂ ਮਿਲ ਲਿਆ ਮੈਂ ਕੀਤਾ ਹੀ ਨਿਕੂ ਜਾਂਦਾ ਸੀ ਨਿਕੂ ਜਾਂਦਾ ਯਾਰ ਮੈਨੂੰ ਲੱਗ ਗਿਆ ਪਤਾ ਇਹਨੇ ਨਹੀਂ ਜਾਣਾ ਨਾਲ ਚੱਲਾ ਨਾਲ ਮਿੰਟ ਮਾਰਿਆ ਉਹਨੇ ਬੂਟ ਪਾਏ ਕਹਿੰਦਾ ਚਲੋ ਚਲੋ ਸੱਜੇ ਜਾਣਾ ਆਪਾਂ ਆਹੋ ਸੱਜੇ ਜਾਣਾ ਮੈਂ ਯੈਸ ਆਪਾਂ ਜਾਣਾ ਹਵੇਲੀ ਦੇ ਕੋਲ ਜਲੰਧਰ ਵਾਲੀ ਗਾਂ ਕਰ ਲਾ ਮਾੜੀ ਜੀ ਇੱਕ ਮਿੰਟ ਬਸ ਮੈਂ ਉੱਧਰ ਹੀ ਖਲਾ ਲੈਣਾ ਸਾਈਡ ਤੇ ਮੈਂ ਪਰਨਾ ਵੀ ਲੈ ਆ ਰਮਾਲ ਵੀ ਲੈ ਆ ਪਰ ਮੈਂ ਰਮਾਲ ਹੀ ਬੰਦਾ ਆ ਯਾਰ ਕਿਉਂ ਪਾਉਣੀ ਹੈ ਨਹੀਂ ਵਿੱਚ ਰਮਾਲ ਹੀ ਬੰਨ ਲੈਂਦੇ ਆ ਨਾਲੇ ਕਹਿੰਦੇ ਸਲੇਮਪੁਰ ਜਾਣਾ ਵਾ ਉਹ ਸਲੇਮਪੁਰ ਹੀ ਆ ਅੱਛਾ ਮੈਂ ਆਪਣਾ ਸਮਝੀ ਜਾਂਦਾ ਆਪਣਾ ਸਲੇਮਪੁਰ ਉਹ ਸਲੇਮਪੁਰ ਮਸੰਦ ਆ ਅੱਛਾ ਇਹ ਸਲੇਮਪੁਰ ਮੁਸਲਮਾਨ ਆ ਮੈਂ ਇਹ ਸਮਝੀ ਜਾਂਦਾ ਆ ਉਦੋਂ ਦਾ ਰਮਾਲ ਕਾ ਤਾਂ ਬੰਨੀ ਜਾਂਦਾ ਫਿਰ ਰਮਾਲ ਬੰਨ ਕੇ ਜਾਣਾ ਵਾ ਕਿਤੇ ਵੀ ਧਾਰਮਿਕ ਸਥਾਨ ਤੇ ਜਾਣਾ ਮੈਂ ਤਾਂ ਟੀਕ ਦਾਂਗੇ ਬਾ ਠੀਕ ਆ ਉੱਥੇ ਹੀ ਹੁਣੇ ਬੰਨ ਲੈਣਾ ਫਿਰ ਰੂਹ ਨਾ ਜਾਂਦਾ ਹੁੰਦਾ ਜਿੱਥੇ ਵੀ ਜਾਵਾਂ ਰੂਹ ਨਾ ਜਾਈਦਾ ਵਾ ਰੂਹ ਨਾ ਨਹੀਂ ਜਾਂਦਾ ਤੂੰ ਰੂਹ ਨਾ ਜਾਵੇਂ ਤੇ ਗੁੱਡੀਆਂ ਚੜ ਜਾਣ ਓ ਨਹੀਂ ਹੁਣ ਘਰੇ ਹੀ ਯਾਰ ਰਮਾਲ ਬੰਨ ਕੇ ਚੱਲ ਜੀਏ ਆ ਦੱਸ ਜਦੋਂ ਆਪਾਂ ਉਤਰਨਾ ਹੀ ਉੱਥੇ ਆ ਕਿ ਨਹੀਂ ਸਿੱਧੇ ਉੱਥੇ ਜਾ ਕੇ ਉਤਰਨਾ ਆਪਾਂ ਕੋਈ ਗੱਲ ਨਹੀਂ ਇਹ ਬੈਲਟ ਹੀ ਲਾ ਲਓ ਹੁਣ ਕੇ ਮਾਮੇ ਵੀ ਖੜੇ ਹੋਣੇ ਆ ਮੰਮੀਆਂ ਨੇ ਕਹਿਣਾ ਤੁਸੀਂ ਬੈਲਟ ਕਿਉਂ ਨਹੀਂ ਲਾਈ ਅਸੀਂ ਕਹਿਣਾ ਇਹ ਭਰਾਵਾ ਧਾਰਮਿਕ ਸਥਾਨ ਚੱਲੇ ਅਸੀਂ ਹਿੰਦੀ ਕਹਿੰਦਾ ਇੱਦਾਂ ਕਰਕੇ ਜਾਓ ਹਾਂ ਇੱਦਾਂ ਸਹੀ ਆ ਤਿੰਨੇ ਜਾਣੇ ਕਰ ਲਈਏ ਇੱਦਾਂ ਹੋਰ ਉਹ ਬਣ ਜਾਂਦੇ ਆ ਅਫਗਾਨੀਏ ਹੋਰ ਸਾਡਾ ਪਿੰਡ ਵੀ ਸਲੇਮਪੁਰ ਆ ਜਿੱਥੇ ਆਪਾਂ ਆਏ ਆ ਇਹ ਵੀ ਸਲੇਮਪੁਰ ਹੀ ਆ ਇੱਥੇ ਗੁਰਦੁਆਰਾ ਸਾਹਿਬ ਹੈਗਾ ਤੱਲਣ ਸਾਹਿਬ ਅਸੀਂ ਉਹਦੇ ਇਸ ਟਾਈਮ ਬਿਲਕੁਲ ਕੋਲ ਆ ਪਹੁੰਚ ਗਏ ਆਪਾਂ ਕਹਿੰਦੇ ਉਹ ਮੇਰੇ ਖਿਆਲ ਨਾਲ ਉਹ ਗੁਰਦੁਆਰਾ ਸਾਹਿਬ ਆ ਉੱਥੇ ਜਾਣਾ ਆਪਾਂ ਸ਼ਾਇਦ ਬਾਬਾ ਕਿਹੜਾ ਦੱਸਿਆ ਹੈਗਾ ਉਹਨਾਂ ਨੇ ਬਾਬਾ ਪਤਾ ਨਹੀਂ ਯਾਰ ਚੇਤਾ ਭੁੱਲ ਗਿਆ ਇੱਥੇ ਹੋਣਾ ਇੱਥੇ ਵੀ ਨਹੀਂ ਬਾਬਾ ਦਾਸ ਪਤਾ ਨਹੀਂ ਕੀ ਦਾਸਾ ਬਾਬਾ ਦਾਸ ਤੇਰੇ ਲਈ
ਲੈ ਵੀ ਮੱਥਾ ਟੇਕ ਲਿਆ ਇਹ ਆਪਣੇ ਲੰਗਰ ਪਾਣੀ ਛੱਕ ਕੇ ਹੁਣ ਅਸੀਂ ਚੱਲਦੇ ਹਾਂ। ਭਰਾ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਸੀ, ਸਵਾਦ ਬਹੁਤ ਸੀਗਾ ਲੰਗਰ, ਬਹੁਤ ਸਵਾਦ। ਹੁਣ ਕਈਆਂ ਨੇ ਕਮੈਂਟ ਕਰਨੇ ਆ ਵੀ ਲੰਗਰ ਸਵਾਦ ਨਹੀਂ ਕਹੀਦਾ ਹੁੰਦਾ, ਥੋੜੀ ਜਿਹੀ ਲੇਟ ਹੋ ਗਏ ਉਧਰ ਵੀ ਫਸੇ ਸੀ, ਲੇਟ ਭਾਈ ਬਹੁਤ ਟਾਈਮ ਦੀ ਸਾਡੀ ਵੇਟ ਕਰ ਰਹੇ। ਬਾਕੀ ਅਸੀਂ ਜਲੇਬੀਆਂ ਮੰਗਾਈਆਂ ਦੋ ਵਾਰੀ ਭਾਉ ਨੇ, ਸਾਨੂੰ ਲਿਫਾਫੇ ਭਰਤੇ ਜਲੇਬੀਆਂ ਦੇ। ਅੱਛਾ ਤੱਲਣ ਸਾਨੂੰ ਕਿਹੜਾ ਰਾਜ ਨਹੀਂ ਭਾਜੀ, ਇਹ ਤਾਂ ਤਨ ਬਾਬਾ ਦੱਸਦਾ ਜੀ ਗੁਰਦੁਆਰਾ। ਅੱਛਾ ਇਹ ਆ ਮੇਨ ਹਨਾ, ਉਦਾਂ ਉੱਥੇ ਉੱਥੇ ਮੇਲਾ ਲੱਗਾ ਸੀ ਉੱਧਰ। ਹਾਂ ਠੀਕ ਠਾਕ ਚੱਲੇ ਫੇਰ ਹੁਣ ਹੁਣ ਅਸੀਂ ਵਾਪਸ ਘਰ ਨੂੰ ਤੁਰੇ ਜਾਣ ਦੇ ਆ, ਗੱਪਾਂ ਛਾਪਾਂ ਚੱਲ ਰਹੀਆਂ ਆ ਤੇ ਵਧੀਆ ਸੀਗਾ ਉੱਥੇ ਮੇਲਾ। ਉਹਨਾਂ ਦੇ ਘਰ ਦੇ ਵਿੱਚ ਹੀ ਥਾਂ ਆ, ਸੰਤ ਪਿੰਡਰ ਵਾਲਿਆਂ ਦੀ ਕਹਿੰਦਾ ਸੀਗਾ ਹੈ ਨਾ, ਇੱਦਾਂ ਕੁਛ ਦੱਸਣ ਦੇ ਸੀ। ਮੈਂ ਪ੍ਰੋਪਰ ਪੂਰਾ ਮੈਨੂੰ ਯਾਦ ਨਹੀਂ, ਹੁਣ ਧਿਆਨ ਨਹੀਂ ਮੈਂ ਦਿੱਤਾ, ਕਿਸੇ ਦਿਨ ਮਿਲੂਗਾ ਭਰਾ ਦਾ ਪੁੱਛਾਂਗੇ ਉਹਨਾਂ ਨੂੰ ਡਿਟੇਲ। ਅੱਡ ਜਾਂਦਿਆਂ ਨੂੰ ਨਿਬੜ ਗਿਆ ਸੀ ਉੱਦਾਂ ਦਾ ਹੈ ਨਾ, ਅਤੇ ਲੰਗਰ ਛੱਕ ਕੇ ਅਸੀਂ ਆ ਗਏ ਵਾਪਸ। ਹੁਣ ਮੈਂ ਹੋਰ ਘੰਟੇ ਇੱਕ ਨੂੰ ਮੈਂ ਨਿਕਲ ਜਾਣਾ, ਮੈਂ ਦਿੱਲੀ ਨੂੰ, ਦਿੱਲੀ ਜਾਣਾ ਆ, ਉੱਥੇ ਵੀ ਕੰਮ ਆ। ਉੱਥੇ ਕਤਕ ਹੋਰ ਆ, ਕੱਲ੍ਹ ਨੂੰ ਉੱਥੇ ਉਹ ਲੱਗਣੀ ਆ, ਉਹ ਯਾਰ ਕੀ ਕਹਿੰਦੇ ਆ, ਹਾਂ ਬਿੰਦੀ ਨੂੰ ਚੇਤਾ, ਐਗਜੀਬਿਸ਼ਨ ਆ, ਉਹ ਵੀ ਜੁਆਇਨ ਕਰਨੀ ਆ, ਆਪਾਂ ਬੁੱਕ ਕਰਾ ਦਈਏ। ਮੈਂ ਤਾਂ ਤੁੱਕਾ ਮਾਰਿਆ ਸੀ, ਸੱਚੀ ਉਹ ਵੀ ਹੈਗੀ ਆ, ਐਗਜੀਬਿਸ਼ਨ ਹੀ ਆ, ਤਾਂ ਕਰਦੇ ਨੇ। ਮੈਨੂੰ ਤਾਂ ਪਤਾ ਨਹੀਂ ਹੁੰਦਾ ਕਿ ਐਗਜੀਬਿਸ਼ਨ ਹੈ, ਮੈਨੂੰ ਇੰਨਾ ਵਾਰ ਉਦਾਂ ਦਿਮਾਗ ਤੇ ਆ ਉਹ ਐਗਜੀਬਿਸ਼ਨ ਬਿੰਦੀ ਉੱਥੇ ਹੈਗਾ ਆ, ਬਹੁਤ ਵੱਡਾ ਉੱਥੇ, ਹਰ ਚੀਜ਼ ਦੀ ਐਗਜੀਬਿਸ਼ਨ ਲੱਗਦੀ ਆ, ਇਲੈਕਟ੍ਰਿਕ ਚੀਜ਼ਾਂ ਦੀ, ਮਤਲਬ ਜਿੰਨੀਆਂ ਕੰਪਨੀਆਂ ਨਾ ਉਹ ਸਾਰੀਆਂ ਆਪਣੀ ਉੱਥੇ ਐਗਜੀਬਿਸ਼ਨ ਲਾਉਂਦੀਆਂ, ਆਪਣੇ ਪ੍ਰੋਡਕਟ ਨਵੇਂ ਨਵੇਂ ਲਾਂਚ ਕਰਦੀਆਂ। ਗੱਡੀਆਂ, ਮੈਂ ਪਿੱਛੇ ਜੇ ਗੱਡੀਆਂ ਦੀ ਐਗਜੀਬਿਸ਼ਨ ਸੀ ਉਦੋਂ ਵੀ ਕਿਹਾ ਹੈਗਾ, ਹੁਣ ਹੈਗੀ ਆ ਆਹ ਕਰੀਮਾ ਕਰੂਮਾ ਸਲੂਨ ਦੇ ਰਿਲੇਟਿਡ, ਹੁਣ ਉੱਥੇ ਸਾਰੇ ਇੰਡੀਆ 'ਚੋਂ ਸਲੂਨਾਂ ਵਾਲਿਆਂ ਨੇ ਉੱਥੇ ਆਉਣਾ ਪ੍ਰੋਡਕਟ ਦੇਖਣ, ਅਤੇ ਕੰਪਨੀ ਵਾਲਿਆਂ ਨੇ ਉੱਥੇ ਆਉਣਾ ਆਪਣੇ ਆਪਣੇ ਪ੍ਰੋਡਕਟ ਹਾਂ ਦਿਖਾਉਣਾ, ਅਸੀਂ ਆਹ ਲਾਂਚ ਕੀਤਾ, ਆਹ ਲਾਂਚ ਕੀਤਾ, ਪਰ ਉਹ ਚੀਜ਼ਾਂ ਆਮ ਮਿਲਦੀਆਂ ਨਹੀਂ ਆ। ਤਾਂ ਫਿਰ ਯਾਰ ਕਿ ਜੋ ਵਧੀਆ ਕੁਛ ਲੱਗਾ ਤਾਂ ਚੱਕ ਲਿਆਵਾਂਗੇ। ਹੁਣ ਜਾ ਕੇ ਨਾ ਬਣਾਉਣੇ ਸ਼ਰਧਾਈ ਭਿੰਦੀ, ਕਹਿੰਦਾ ਸੁੱਕੇ ਸਾਰਾ ਕੁਛ ਸੁੱਕਾ ਹੋਣਾ ਚਾਹੀਦਾ, ਮੈਂ ਭੇਂਕੇ ਬਣਾਈ ਸੀਗੀ,
ਉਦਣ ਦੇ ਇਸੇ ਭੰਬਲ ਭੂਸੇ ਚ ਫਸੇ ਆ, ਕਿੰਨੀਆਂ ਵੀਡੀਓ ਵੀ ਦੇਖ ਲਈਆਂ ਆ, ਨਿਹੰਗ ਸਿੰਘਾਂ ਦੀਆਂ ਵੀਡੀਓ ਵੀ ਦੇਖ ਲਈਆਂ, ਕੋਈ ਕਹਿੰਦਾ ਭੇਂ ਕੇ ਬਣਨੀ, ਕੋਈ ਕਹਿੰਦਾ ਸੁੱਕੀ ਬਣਨੀ ਆ, ਸਮਝ ਨਹੀਂ ਬਣਦੀ ਭਰਾਵਾ। ਹੁਣ ਭਿੰਦੀ ਹੋਣੀ ਘੋਟ ਕੇ ਉੱਥੇ ਬਣਾਉਂਦੇ ਰਹੇ ਆ, ਘੋਟਦੇ ਰਹੇ ਆ, ਭਿੰਦੀ ਕਹੀ ਜਾਂਦਾ ਸੁੱਕੀ ਆ, ਮੈਂ ਕਹੀ ਜਾਂਦਾ ਆ ਵੀ ਮੈਨੂੰ ਪਤਾ ਹੀ ਨਹੀਂ ਲੱਗਣ ਦਾ ਯਾਰ, ਕਿੰਨੀਆਂ ਦੀਆਂ ਦੇਖ ਲਈਆਂ, ਸਭ ਆਪਣਾ ਆਪਣਾ ਦੱਸੀ ਜਾਣਦੇ ਹੀ ਓ। ਭਲਵਾਨ ਨੂੰ ਜਿਹੜੀ ਮਰਜ਼ੀ ਭਲਵਾਨ ਨੂੰ ਪੁੱਛ ਲਈ, ਉਹ ਭੇ ਕੇ ਬਣਾਉਂਦੇ ਸ਼ਰਧਾਈ ਕਿ ਸੁੱਕੀ। ਇਹ ਤਾਂ ਹੈ, ਮੈਂ ਉਹ ਬਾਜੀ ਜੰਡ ਸਾਰੇ ਇਦਾਂ ਹੀ ਬਣਾਉਂਦੇ, ਉਹ ਬਣਾਉਂਦੇ ਹੁੰਦੇ ਆ, ਉਹ ਵੀ ਸੁੱਕੀ ਦੀ ਬਣਾਉਂਦੇ ਆ, ਸੁੱਕੀ ਬਣਾਉਂਦੇ ਭਰਾਵਾ ਭਲਵਾਨ। ਆਪਾਂ ਭਲਵਾਨ ਆ, ਉਹ ਕਹਿਣ ਦਾ ਮਤਲਬ ਜਿਹੜੀ ਸਹੀ ਚੀਜ਼ ਬਣਦੀ ਉਹ ਸੁੱਕੀ ਹੀ ਬਣਦੀ ਆ, ਅਸਲੀ ਜਿਹੜੀ ਆ ਹਨਾ, ਜੇ ਚ ਅਸਲੀ ਉਹ ਹੋਣਾ ਸਾਰਾ ਕੁਛ। ਹਾਂ ਬਸ ਵੀ ਬਸ 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 ਚੱਕ ਲਾ ਹੁਣ ਡੰਡਾ ਘੋਟਣਾ, ਚੱਕ ਕੁੰਡਾ ਘੋਟਣਾ ਲਾਈਏ ਰਗੜਾ ਨਿਤ ਗਾਨੇ ਦੇ ਸਵਾਲ ਮੱਲਾ ਹੋ ਜਾ ਤਗੜਾ। ਉਹ ਅੰਬ ਵੀ ਕੱਢ ਲਾ, ਇੱਥੇ ਪਿਆ ਰਹਿ ਜਾਣਾ ਹੀ। ਆ ਕੀ ਕਹਿੰਦਾ, ਕਹਿੰਦਾ ਉੱਥੇ ਤੇ ਕਹਿੰਦਾ ਤੂੰ ਮੈਂ ਰੇਂਜ ਰੋਵਰ ਚਲਾਉਣ ਡਿਆ। ਉਹ ਜਲੇਬੀਆਂ ਕੱਢ ਲਾ, ਇਹਨੂੰ ਕਹਿ ਜਲੇਬੀ ਜਲੇਬੀ ਯਾਰ ਮੈਨੂੰ ਕਹਿੰਦਾ ਉੱਧਰ ਵੇਖ ਤੇ ਇੱਧਰ ਵੇਖ। ਇੱਕ ਭਿੰਦੀ ਦਾ ਭਿੰਦੀ ਲੈ ਕੇ ਜਾਊਗਾ, ਇੱਕ ਭਿੰਦੀ ਲੈ ਜਾਣਾ, ਉਹ ਪੈਰੀ ਹੱਥ ਲਈਦਾ ਹੁੰਦਾ ਸ਼ਰਧਾਈ ਵਾਲੇ ਬਾਬੇ ਲੱਗੇ, ਨਾ ਬੂਟ ਲਾਏ ਨਾ ਲੈਣਾ ਨਾ ਦੇਣਾ, ਕੀ ਪਾਇਆ ਤੁਸੀਂ ਵਿੱਚ, ਸਾਰਾ ਕੁਛ ਪਾਤਾ, ਸਾਰਾ ਕੁਛ ਹੀ ਪਾਤਾ। ਉਹ ਬਹਿ ਤੇ ਚੱਜ ਨਾ ਜਾਓ ਵੀ ਫੱਟੀ ਲੈ ਲਓ, ਲੈਣਾ ਨੇ ਦੇਣਾ ਨੇ, ਉਹਨੂੰ ਵੀ ਉੱਦੀ ਬਿਠਾਇਆ, ਉਹ ਫੱਟੀ ਰਹਿੰਦਾ ਥੱਲੇ ਫੱਟੀ ਕਹਿੰਦੀ ਚੈਨ ਲੱਥ ਗਈ ਸ਼ਰਧਾਈ ਪੀ ਕੇ ਭਿੰਦੀ ਚੱਲਿਆ ਹੁਣ ਲੋਕਾਂ ਨੇ ਹੱਸਣਾ ਬੜਾ ਹੀ ਦੇਖ ਦੇਖ ਬੰਦੂਕ ਬੰਦੂਕ ਕੀ ਮਰਨ ਇਹਨੂੰ ਅੱਗ ਲੱਗ ਜੀ ਇਹਨੂੰ ਭਿੰਦੀ ਨੂੰ ਟੇਪਾਂ ਨਾ ਮੇਰਾ ਚਾਹਮਾ ਆ ਲੈਟ ਟੇਪ ਫੂਕ ਮਾਰ ਕੇ ਯਾਰ ਓਵਰ ਹੋ ਜਾਂਦਾ ਲਾਲਾ ਹੁਣ ਜਿਹੜੀ ਸਭਾਈ ਜਿੱਤੀ ਜੋਤ ਲਾਉਣਾ ਚਾਹੀਦਾ ਯਾਰ ਬੋਲਦਾ ਹੁਣ ਹੋ ਜਾਣਾ ਗੇਅਰ ਨਹੀਂ ਪਾਉਣੇ ਗੇਅਰ ਕਿੱਦਾਂ ਪੈਣੇ ਲਗਾੜ ਤੇ ਲਾਇਆ ਸਾਰਾ ਹੀ ਹਨਾ ਐਵਰੇਜ ਬਹੁਤ ਹੋਣੀ ਇਹਦੀ ਹਨਾ 100-150 ਦੀ ਸਤਿ ਸ਼੍ਰੀ ਅਕਾਲ ਜੀ ਰਾਤੀ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਹੁਣ ਤਿਆਰ ਹੋਏ ਹਾਂ ਹੁਣ ਮੱਥਾ ਟੇਕਣ ਚੱਲੇ ਹਾਂ ਉਹ ਤੋਂ ਬਾਅਦ ਆਪਣੇ ਕੰਮ ਕਾਰ ਨਿਬੇੜਾਂਗੇ ਜਿਹੜੇ ਨਿਬੇੜਨ ਵਾਲੇ ਆ ਰਾਤੀ ਵਾਹਵਾ ਹੀ ਲੇਟ ਪਹੁੰਚੇ ਅਸੀਂ 2 ਵਜੇ ਦੇ ਲਾਗੇ ਸਾਗੇ ਕਮਰੇ ਆਪਣੇ ਬੁੱਕ ਨਾਲ 2-2 ਬੁੱਕ ਸੀਗੇ ਇੱਧਰ ਸਪੀਡ ਲੱਗੀ ਆ ਮਤਲਬ ਫਿਲਹਾਲ ਪਹਿਲਾਂ ਜਿੱਥੇ ਆਪਾਂ ਆਉਣਾ ਸੀ ਆਪਾਂ ਆ ਗਏ ਹਾਂ ਇਹ ਉਹੀ ਆ ਜਿੱਥੇ ਆਪਾਂ ਪਿਛਲੇ ਤੋਂ ਪਿਛਲੇ ਸਾਲ ਸ਼ਾਇਦ ਆਏ ਸੀਗੇ ਅਤੇ ਸਾਰਾ ਕੁਛ
ਸਲੂਨ ਦੇ ਰਿਲੇਟਡ ਆ ਸਾਰਾ ਕੁਛ, ਪੂਰੇ ਇੰਡੀਆ ਦੇ ਵਿੱਚੋਂ ਇੱਥੇ ਲੱਗਦੇ ਆ ਸਟੋਲ ਜੀ, ਸਾਰੀਆਂ ਕੰਪਨੀਆਂ ਨਾ ਆਪਣੇ ਆਪਣਾ ਪ੍ਰੋਡਕਟ ਲੈ ਕੇ ਆਉਂਦੀਆਂ ਇੱਥੇ, ਜਪਾਨ ਤੋਂ ਵੀ ਆਉਂਦੇ ਆ ਜਪਾਨੀਏ, ਆ ਜਪਾਨੀਆਂ ਦਾ ਲੱਗਾ ਹੋਇਆ ਆਹ ਕੰਪਨੀ ਆ, ਇਹਨਾਂ ਨੇ ਪਤਾ ਨਹੀਂ ਕੀ ਲਾਇਆ ਆ, ਅਤੇ ਇਹਨਾਂ ਕੋਲ ਹੈਗੇ ਆ ਸਕਿੰਨ ਦੇ ਰਿਲੇਟਡ ਆ, ਦੱਸ ਕੇ ਹਟਿਆ ਤਾਂ ਸਕਿੰਨ ਨਾ ਸਾਫ਼ ਹੋ ਜਾਂਦੀ ਹੈ, ਮਤਲਬ ਝਿਰੜੀਆਂ ਵਗੈਰਾ ਜਿਹੜੀਆਂ ਹੁੰਦੀਆਂ ਨਾ ਇੱਦਾਂ ਸਾਰਾ ਕੁਛ ਹੋ ਜਾਂਦਾ ਸਾਫ਼ ਜਪਾਨੀ ਦਾ, ਆਹ ਲਾਇਆ ਇਹਨਾਂ ਨੇ ਆਫਟਰ ਬਿਫੋਰ, ਚਲੋ ਇੱਦਾਂ ਦਾ ਹੁੰਦਾ ਮੂੰਹ ਅਤੇ ਇੱਦਾਂ ਦਾ ਹੋ ਜਾਂਦਾ, ਉੱਧਰ ਵੀ ਲੱਗਾ ਇੱਥੇ ਮੈਂ ਕਹਿੰਦਾ ਸੀਗਾ ਜਿੱਥੇ ਉਹ ਹੁੰਦਾ ਆ ਮਾਡਲਿੰਗ ਹੁੰਦੀ ਆ, ਇਹ ਸਾਰਾ ਦਿਨ ਹੀ ਚੱਲਣਾ ਇਹ ਇੱਦਾਂ ਹੀ, ਇੱਥੇ ਬਹੁਤ ਭੀੜ ਲੱਗ ਜਾਣੀ ਅਜੇ, ਅਜੇ ਇੰਨਾ ਸ਼ੁਕਰ ਆ ਵੀ ਅਜੇ ਰਸ਼ ਘੱਟ ਆ, ਸਵੇਰੇ ਸਵੇਰੇ ਅਸੀਂ ਸਵੇਰੇ ਸਵੇਰੇ ਆ ਗਏ ਹਾਂ, ਸਵੇਰੇ ਸਵੇਰੇ ਆਉਣ ਦਾ ਇਹ ਫਾਇਦਾ। ਪਿਛਲੀ ਵਾਰੀ ਨਾ ਦਾੜੀ ਵਾਲੀ ਮਸ਼ੀਨ ਅਤੇ ਹੇਅਰ ਵਾਲਾ ਉਹ ਹੇਅਰ ਡਰਾਇਰ ਉਹ ਲੈ ਕੇ ਗਿਆ, ਬਹੁਤ ਵਧੀਆ ਮੈਂ ਵੀ ਪ੍ਰੋਡਕਟ ਲੈ ਲਿਆ, ਫੋਟੋ ਸ਼ੂਟ ਕਰਨ ਲੱਗੇ ਹੁਣ, ਅਖਬਾਰ ਦੇ ਪਹਿਲੇ ਪੇਜ 'ਚ ਲੱਗਣੀ ਫੋਟੋ, ਇਹ ਦਿੱਲੀ ਅਖਬਾਰ 'ਚ ਲੱਗਣੀ ਉਹ। ਇੱਕ ਸਾਈਡ 'ਤੇ ਫੂਡ ਕੋਰਟ ਵੀ ਆ ਇੱਥੇ ਖਾਣ ਪੀਣ ਨੂੰ ਸਾਰਾ ਲੱਗਾ ਹੋਇਆ, ਭੁੱਖ ਲੱਗ ਗਈ ਨਾ। ਮੇਕਅਪ ਕਰਨੇ ਕੀ ਇੱਕ ਹੀ ਟ੍ਰਿਕ ਹੈ, ਯੂਜ਼ ਲੈਸ ਪ੍ਰੋਡਕਟ, ਲੈਸ ਪ੍ਰੋਡਕਟ ਬਟ ਕਰੈਕਟ ਸ਼ੇਡਸ, ਸ਼ੇਡਸ ਅਗਰ ਆਪ ਬਿਲਕੁਲ ਪਰਫੈਕਟ ਪਿਕ ਕਰ ਰਹੇ ਹੈ ਨਾ ਗਾਈਸ, ਟਰਸਟ ਮੀ ਆਪ ਥਿਨ ਲੇਅਰ ਵੀ ਆਪ ਲਗਾ ਰਹੇ ਹੋ ਮੇਕਅਪ ਕੀ, ਆਪਕੀ ਬਹੁਤ ਅੱਛਾ ਮੇਕਅਪ ਹੋਗਾ। ਸਾਰੀ ਗੇਮ ਹੀ ਇਹੀ ਹੈ ਕਿ ਕਲਰ ਸਿਲੈਕਸ਼ਨ ਕੈਸਾ ਆਪਕਾ ਰਹਿਤਾ ਹੈ। ਵਧੀਆ ਹਾਂ ਨਾ ਹੱਥ ਜਿਹੜਾ ਪੂਰਾ ਅਸਲੀ ਲੱਗਣ ਗਿਆ, ਪੂਰਾ ਅਸਲੀ ਜਿਹਦਾ ਦੇਖਣ ਨੂੰ ਤਾਂ ਅਸਲੀ ਲੱਗਦਾ, ਜਿਹੜਾ ਟੱਚ ਕਰਦੇ ਨਾ ਤਾਂ ਵੀ ਅਸਲੀ ਲੱਗਣ ਗਿਆ, ਇੱਦਾਂ ਹੀ ਚੀਜ਼ਾਂ ਬੜੀਆਂ ਇਹਨਾਂ ਕੋਲ ਇੱਥੇ ਪਈਆਂ ਹੁੰਦੀਆਂ। ਇਹ ਸਾਰਾ ਪਾਰਲਰ ਦਾ ਹੀ ਆ ਇਹ, ਜਿਹੜਾ ਲੇਟੈਸਟ ਹੁਣ 2024-25 ਵਾਲਾ ਆ ਉਹ ਆ ਇਹ, ਉੱਥੇ ਕਿਸੇ ਕੋਲ ਨਹੀਂ ਹੈਗਾ ਇਹ। ਹੁਣ ਆਪਾਂ ਐਗਜਿਟ ਹੋ ਗਏ ਹਾਂ, ਆਪਾਂ ਜਾਣਾ ਸਿੱਧੇ ਪਾਰਕਿੰਗ ਵੱਲ ਨੂੰ, ਅਸੀਂ ਆਏ ਸੀ ਸਵੇਰੇ ਲਗਭਗ ਅਸੀਂ 10 ਵਜੇ ਆ ਗਏ ਸੀਗੇ, ਹੁਣ 5 ਵਜ ਗਏ ਆ, ਅਤੇ ਬਾਹਰ ਜਾਂਦੇ ਜਾਂਦੇ ਸਾਨੂੰ 5:30 ਵਜੇ ਜਾਣਾ,